ਪਿੰਡ ਚੱਕ ਖੜੁੰਜ ਦੇ ਵਿੱਚ ਆ ਮੈਂ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਆ ਇਹ ਮੇਰੇ ਨਾਲ ਬਾਈ ਹਰਪ੍ਰੀਤ ਆ ਚੰਡੀਗੜ੍ਹ ਪੜ੍ਹਿਆ ਪੜ੍ਹਿਆ ਲਿਖਿਆ ਮੁੰਡਾ ਪਰ ਪੜ੍ਹਨ ਲਿਖਣ ਤੋਂ ਬਾਅਦ ਕੀਤਾ ਡੇਅਰੀ ਫਾਰਮ ਦਾ ਧੰਦਾ ਆਪਾਂ ਇਹਨਾਂ ਨਾਲ ਕਾਫੀ ਕੁਛ ਇਹਨਾਂ ਦੇ ਤਜਰਬੇ ਵੀ ਸਾਂਝੇ ਕਰਨੇ ਆ ਅਤੇ ਕਿਹੜੇ ਕਿਹੜੀ ਚੀਜ਼ ਦੇ ਦਮ 'ਤੇ ਇਹਨਾਂ ਦਾ ਜਿਹੜਾ ਹੈਗਾ ਫਾਰਮ ਉਹ ਚੱਲ ਰਿਹਾ ਉਹ ਤਜਰਬਾ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਹੋ ਸਕਦਾ ਕਿ ਬਹੁਤ ਲੋਕਾਂ ਦਾ ਇਸ ਮਸਲੇ 'ਤੇ ਫਾਇਦਾ ਹੋ ਜੇ ਆਪਾਂ ਪਹਿਲਾਂ ਕਰਦੇ ਹਾਂ ਸਵਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਆ ਵਧੀਆ ਵਧੀਆ ਬਾਈ ਠੀਕ ਠਾਕ ਬਾਈ ਪਹਿਲੀ ਗੱਲ ਸੱਜਣਾ ਸੋਹਣਿਆ ਵੀ ਪੜ੍ਹ ਲਿਖ ਕੇ ਚੰਡੀਗੜ੍ਹ ਅਤੇ ਰੱਖ ਲਈਆਂ ਗਾਈਆਂ ਨਹੀਂ ਆਮ ਤੌਰ 'ਤੇ ਆਪਾਂ ਪਿੰਡਾਂ ਵਾਲੇ ਜਵਾਕਾਂ ਨੂੰ ਕਹਿੰਦੇ ਹੁੰਦੇ ਹਾਂ ਬਈ ਗੋਹੇ ਤੋਂ ਬਚ ਜਾਏਗਾ ਉਹ ਡੰਗਰਾਂ ਤੋਂ ਬਚ ਜਾਏਗਾ ਪੜ੍ਹ ਲਾ ਕੋਈ ਪੜ੍ਹ ਲਾ ਅਤੇ ਪੜ੍ਹ ਕੇ ਗਾਈਆਂ ਰੱਖ ਲਈਆਂ ਇਹ ਕੀ ਚੱਕਰ ਹੈ ਇਹ ਬਸ ਬਈ ਕੁਛ ਤਾਂ ਸ਼ੌਂਕ ਗਿਣ ਲਓ ਅਤੇ ਕੁਛ ਘਰੋਂ ਇੱਕ ਤਰ੍ਹਾਂ ਦਾ ਗਾਈਡ ਇੱਦਾਂ ਕੀਤਾ ਗਿਆ ਸੀਗਾ ਤੁਸੀਂ ਆਪਣਾ ਸਿਸਟਮ ਤਾਂ ਜਾਣਦੇ ਹੀ ਆ ਕਿ ਨੌਕਰੀਆਂ ਨੌਕਰੀਆਂ ਦਾ ਕੀ ਹਿਸਾਬ ਕਿਤਾਬ ਆ ਅਤੇ ਇੱਕ ਸੋਚ ਬਣਾ ਤੀ ਫਾਦਰ ਮੇਰੇ ਪੁਲਿਸ ਅਫਸਰ ਆ ਇੰਸਪੈਕਟਰ ਰੈਂਕ 'ਤੇ ਆ ਉਹਨਾਂ ਨੇ ਜੋ ਆਪਦਾ ਹੰਢਾਇਆ ਉਹ ਕਹਿੰਦੇ ਸਾਡੀਆਂ ਤਾਂ ਲੋੜਾਂ ਸੀਗੀਆਂ ਵੀ ਸਾਨੂੰ ਨੌਕਰੀ 'ਚ ਆਉਣਾ ਪਿਆ ਜਾਂ ਮਜਬੂਰੀਆਂ ਸੀਗੀਆਂ ਕੁਝ ਸੀਗੀਆਂ ਤੁਹਾਡੇ ਅੱਗੇ ਉਹ ਚੀਜ਼ ਨਹੀਂ ਹੈਗੀ ਅਤੇ ਕਾਰੋਬਾਰ ਵੀ ਇਸ ਡਿਸਾਈਡ ਕਰਨਾ ਸੀਗਾ ਵੀ ਜਿੰਨਾ ਕੰਪੀਟੀਸ਼ਨ ਤੁਸੀਂ ਦੇਖ ਹੀ ਰਹੇ ਹਾਂ ਵੀ ਕਿਹੜਾ ਕਾਰੋਬਾਰ ਹੋਣਾ ਚਾਹੀਦਾ ਤਾਂ ਜ਼ਮੀਨ ਦੇ ਨਾਲ ਰਲਦਾ ਮਿਲਦਾ ਇਹ ਕਾਰੋਬਾਰ ਸਾਨੂੰ ਬੈਸਟ ਲੱਗਿਆ ਮਤਲਬ ਆਨੰਦ ਆ ਰਿਹਾ ਕਰਨ ਦੇ ਹਾਂ ਸ਼ੌਂਕੀਆ ਤੌਰ 'ਤੇ ਆ ਕੋਈ ਇੱਦਾਂ ਨਹੀਂ ਆ ਕਿ ਮਜਬੂਰੀ 'ਚ ਕੀਤਾ ਜਾਂ ਕੋਈ ਲੋੜ ਸੀਗੀ ਇੱਦਾਂ ਦਾ ਕੁਛ ਨਹੀਂ ਆ ਬਸ ਇਹ ਬਸ ਸ਼ੌਂਕ ਦੇ ਹੀ ਆ ਬਈ ਸਭ ਤੋਂ ਪਹਿਲਾਂ ਨਾ ਦੇਖੋ ਮੇਰੇ ਨਿਗਾਹ ਪੈ ਰਿਹਾ ਪਸ਼ੂ ਖਾ ਰਹੇ ਆ ਅਚਾਰ ਸਾਈਲੇਜ ਹੈ ਨਾ ਹਾਂਜੀ ਹਾਂਜੀ ਇਹ ਖਾ ਰਹੇ ਆ ਮਤਲਬ ਮੈਂ ਮੋਢਾ ਆਪਾਂ ਕਹਿ ਸਕਦੇ ਬਿਲਕੁਲ ਫਾਰਮ ਖੜਾ ਫਾਰਮ ਖੜਾ ਖੜਾ ਇਹਦੇ ਤੇ ਖੜਾ ਇਹਦੇ ਸਿਰ ਤੇ ਬਿਲਕੁਲ ਜੀ ਇਹ ਕਾਦਾ ਹੈ ਤੁਹਾਡੇ ਕਾਦਾ ਪਾਇਆ ਹੋਇਆ ਇਹ ਬਈ ਬਰਕਾਈ ਸੋਰਗੋ ਦਾ ਇਸ ਟਾਈਮ ਚੱਲ ਰਿਹਾ ਇਹ ਐਡਵਾਂਟਾ ਦਾ ਪਿਛਲੇ ਸਾਲ ਇਹ ਨਾ ਨਵੀਂ ਆਈ ਸੀਗੀ ਇਹਨਾਂ ਦਾ ਜਵਾਰ ਕਹਿ ਸਕਦੇ ਆਪਾਂ ਇਹਨੂੰ ਬਰਕਾਈ ਸੋਰਗੋ ਨਾਂ ਤੇ ਆ ਜੀ ਅਤੇ ਇਹਦਾ ਮੈਂ ਸੁਣ ਤਾਂ ਰਿਹਾ ਸੀ ਪਹਿਲਾਂ ਪਾ ਰਹੇ ਸੀ ਆਪਾਂ 2-3 ਸਾਲ ਮੱਕੀ ਦਾ ਜੀ ਜੁੜਿਆ ਮੈਂ ਪਹਿਲੇ ਦਿਨ ਐਡਵਾਂਟਾ ਨਾਲ ਹੀ ਸੀਗਾ ਮੈਨੂੰ 6 ਸਾਲ ਹੋ ਗਏ ਆ ਜੀ 6 ਸਾਲ ਤੋਂ ਹੀ ਐਡਵਾਂਟਾ ਦੇ ਚੱਲ ਰਹੇ ਸੀ ਪਰ ਤੁਸੀਂ ਦੇਖ ਰਹੇ ਪਿੱਛੇ ਸਰੋਂ ਵੀ ਲੱਗੀ ਆ ਸਰੋਂ ਵੀ ਸਾਰੀ ਐਡਵਾਂਟਾ ਦੀ ਆ ਰਾਈਕਾ ਲੱਗਿਆ ਹੋਇਆ ਸਾਰਾ ਐਡਵਾਂਟਾ ਦੇ ਚੱਲ ਰਿਹਾ ਅਤੇ ਪਿਛਲੇ ਸਾਲ ਇਹਨਾਂ ਦਾ ਨਵਾਂ ਪ੍ਰੋਡਕਟ ਸੀਗਾ ਮੇਰੀ ਹੁੰਦਾ ਵੀ ਮੈਂ ਰਿਸਰਚ ਕਰਦਾ ਰਹਿੰਦਾ ਕਿਹੜੀ ਚੀਜ਼ ਫਾਰਮ ਵਾਸਤੇ ਵਧੀਆ ਵਾ ਕਿਹੜੀ ਮਾੜੀ ਆ ਤਾਂ ਮਤਲਬ ਕਈ ਚੀਜ਼ਾਂ ਸੀਗੀਆਂ ਜਿਹ 'ਚ ਮੈਨੂੰ ਇਹ ਆਪਾਂ ਟ੍ਰਾਇਲ ਤਾਂ ਪਹਿਲੀ ਨਹੀਂ ਕੀਤਾ ਪਰ ਇਹਦਾ ਰਿਜ਼ਲਟ ਮੱਕੀ ਤੋਂ ਆਪਾਂ ਕਹਿ ਸਕਦੇ 19-21 ਹੋਇਆ ਮੱਕੀ ਤੋਂ ਵਧੀਆ ਰਿਹਾ ਮੱਕੀ ਤੋਂ ਵਧੀਆ ਰਿਹਾ ਮੱਕੀ ਕੀ ਵਧੀਆ ਰਿਹਾ ਬਾਈ ਇਹ 'ਚ ਮਤਲਬ ਪੌਸ਼ਟਿਕ ਤਾਂ ਵਧੀਆ ਜਲਦੀ ਤਿਆਰ ਹੁੰਦਾ ਬਈ ਇਹਦੇ ਵਿੱਚ ਕਈ ਪੁਆਇੰਟ ਆ ਮਤਲਬ ਜਦੋਂ ਅਸੀਂ ਲਾਇਆ ਸੀਗਾ ਅਸੀਂ ਇਹ ਸੋਚ ਕੇ ਨਹੀਂ ਲਾਇਆ ਸੀਗਾ ਵੀ ਇਹਦੇ ਇੰਨੇ ਪੋਜ਼ਿਟਿਵ ਰਿਜ਼ਲਟ ਆਉਣਗੇ ਜੀ ਇਹਦੇ 'ਚ ਮੇਨ ਤਾਂ ਸਭ ਤੋਂ ਵੱਡੀ ਗੱਲ ਤਾਂ ਜਿਹੜਾ ਖਾਸ ਕਰਕੇ ਪੰਜਾਬ 'ਚ ਦਿੱਕਤ ਆਉਂਦੀ ਆ ਵੀ ਜ਼ਮੀਨ ਦੀ ਜੀ ਜਿੱਥੇ ਲਾਉਣਾ ਵਾ ਜ਼ਮੀਨ ਕਿਵੇਂ ਦੀ ਆ ਇਹ ਤਕਰੀਬਨ ਹਰ ਤਰ੍ਹਾਂ ਦੀ ਜ਼ਮੀਨ 'ਚ ਹੋ ਜਾਂਦਾ ਪਹਿਲੀ ਗੱਲ ਜਿਹੜੀ ਮਤਲਬ ਕਿ ਮੱਕੀ ਆ ਉਹ ਹਰ ਤਰ੍ਹਾਂ ਦੀ ਜ਼ਮੀਨ ਦੇ ਵਿੱਚ ਨਹੀਂ ਹੋ ਸਕਦੀ ਜਿੱਥੇ ਪਾਣੀ ਘੱਟ ਆ ਉੱਥੇ ਨਹੀਂ ਹੋ ਸਕਦੀ ਠੀਕ ਆ ਇਹਨੂੰ ਪਾਣੀ ਦੀ ਘੱਟ ਦਿੱਕਤ ਆਉਂਦੀ ਆ ਇਸ ਵੇਲੇ ਜਿਹੜੀ ਅੱਜ ਦੀ ਬਿਲਕੁਲ ਕਰੰਟ ਜਿਹੜਾ ਮੇਨ ਮੁੱਦਾ ਹੈਗਾ ਉਹ ਹੈਗਾ ਵਾ ਵੀ ਜਿਹੜੀ ਮੱਕੀ ਦੇ ਵਿੱਚ ਬਿਮਾਰੀ ਨਹੀਂ ਕੰਟਰੋਲ ਹੋ ਰਹੀ ਦਵਾਈ ਮਤਲਬ ਕਿ ਬਾਈ ਜੀ ਮੈਨੂੰ 2-3 ਕਿੱਲੇ ਥਾਂ ਮੱਕੀ ਵਾਹੁਣੀ ਪੈ ਗਈ ਮੇਰੇ ਕੋਲ ਹਜੇ ਤੱਕ ਉਹ ਵੀਡੀਓ ਵੀ ਪਈਆਂ ਹੋਣਗੀਆਂ ਮੈਂ ਤੁਹਾਨੂੰ ਸ਼ੇਅਰ ਕਰੂੰ ਮੈਨੂੰ ਵਾਹੁਣੀ ਪੈ ਗਈ ਮੱਕੀ ਉਹਦੇ ਮੁਕਾਬਲੇ ਇਹ ਮੈਂ ਪਿਛਲੇ ਸਾਲ 8-9 ਕਿੱਲੇ ਥਾਂ ਲਾਇਆ ਸੀਗਾ ਇਹਨੂੰ 2 ਸਪਰੇਆਂ ਹੋਈਆਂ ਉਹਨੂੰ 8 ਸਪਰੇਆਂ ਹੋਈਆਂ ਅਤੇ ਉਸ ਤੋਂ ਬਾਅਦ ਆਪਾਂ ਇਹਦੇ ਜੇ ਪੈਰਾਮੀਟਰ 'ਤੇ ਵੀ ਆ ਜਾਈਏ ਪ੍ਰੋਪਰ ਜਿਹੜਾ ਕੰਪਨੀ ਵੱਲੋਂ ਕਿਉਂਕਿ ਡਾਕਟਰਾਂ ਦੇ ਸਿਰ 'ਤੇ ਸਾਰਾ ਇਹ ਆਪਣਾ ਚੱਲਦਾ ਜਿਹੜੇ ਇਹਦੇ ਆਪਾਂ ਸਾਰਾ ਚੈੱਕ ਵੀ ਕਰਾਇਆ ਉਹਦੇ ਵਿੱਚ ਵੀ ਜਿਹੜਾ ਇਹਦਾ ਡਰਾਈ ਮੈਟਰ ਆ ਇਹਦਾ ਪ੍ਰੋਟੀਨ ਆ ਇਹਦੀ ਐਨਰਜੀ ਆ ਇਹਦਾ ਸਟਾਰਚ ਆ ਉਹ ਸਾਰਾ ਕੁਛ ਉਹਦੇ ਬਰਾਬਰ ਹੀ ਆਇਆ ਮੱਕੀ ਦੇ ਬਰਾਬਰ ਆ ਪਰ ਇਹਦੀ ਜਿਹੜੀ ਸੰਭਾਲ ਆ ਉਹਦੇ ਨਾਲੋਂ ਟਾਈਮ ਵੀ ਘੱਟ ਲੈਂਦੀ ਆ ਟਾਈਮ ਘੱਟ ਲੈਂਦੀ ਹੈ ਟਾਈਮ ਜੀ ਇਹ ਬਾਈ ਜੀ ਬਿਜਾਈ ਤੋਂ ਲੈ ਕੇ 75-80 ਦਿਨਾਂ 'ਚ ਤਿਆਰ ਹੋ ਜਾਂਦੀ ਆ ਬੀਜਣ ਤੋਂ ਲੈ ਕੇ 75-80 ਦਿਨਾਂ 'ਚ ਪੈ ਜਾਂਦਾ ਹਾਂ ਫਿਰ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਇਹ ਸਾਲ ਦੇ ਵਿੱਚ ਕਿਸੇ ਸੀਜ਼ਨ 'ਚ ਵੀ ਹੋ ਜਾਂਦੀ ਹੈ ਤੁਸੀਂ ਲਾ ਲਓ ਫਰਵਰੀ 'ਚ ਤੁਸੀਂ ਹੁਣ ਲਾ ਲਓ ਤੁਸੀਂ ਮਾਰਚ 'ਚ ਲਾ ਲਓ ਤੁਸੀਂ ਜੂਨ ਜੁਲਾਈ 'ਚ ਲਾ ਲਓ ਤੁਸੀਂ ਗਾਂਹ ਜਾ ਕੇ ਲਾ ਲਓ ਸਿਰਫ ਇੱਕ ਦਸੰਬਰ ਜਨਵਰੀ ਆਪਾਂ ਮਹੀਨੇ ਕਹਿ ਸਕਦੇ ਜ਼ਿਆਦਾ ਠੰਡ ਵਾਲੇ ਅਦਰਵਾਈਜ਼ ਇਹ 10 ਮਹੀਨੇ ਜਿਹੜੇ ਮਹੀਨੇ ਵਿੱਚ ਇਹ ਮਰਜ਼ੀ ਤੁਸੀਂ ਬਿਜਾਈ ਕਰ ਸਕਦੇ ਜੀ 75-80 ਦਿਨ ਮੂਹਰੇ 80 ਦਿਨ ਤੇ ਮੱਕੀ ਲੈਂਦੀ ਹੈ 90-100 ਦਿਨ ਤੱਕ ਜੀ ਉਹ ਇੱਕ ਯਾਰ ਮੈਨੂੰ ਤਾਂ ਸਭ ਤੋਂ ਵੱਡੀ ਗੱਲ ਇਹਦੇ ਚਾਰੇ 'ਚ ਇਹੀ ਲੱਗੀ ਕਿ ਇੰਨੀ ਪਦਾਨ ਪਾਉਣੀ ਪੈਂਦੀ ਹੈ ਯਾਰ ਇੰਨੀ ਪਦਾਨ ਮਤਲਬ ਇਹਨਾਂ ਬਹੁਤ ਕੁਛ ਪਾਉਣਾ ਬਹੁਤ ਜੀ ਪਦਾਨ ਨਹੀਂ ਛੱਡੋ 6-7 ਸਪਰੇਆਂ ਹੋਈਆਂ ਇਕੱਲੀ ਸੁੰਡੀ ਵਾਸਤੇ ਵੀ ਜਿਹੜੀ ਮੱਕੀ ਨੂੰ ਸੁੰਡੀ ਵਾਸਤੇ ਫਿਰ ਵੀ ਕਾਣੀ ਅਤੇ ਉਹਦੇ 'ਚ ਦੇਖੋ ਇਕੱਲੀ ਉੱਥੇ ਨਹੀਂ ਗੱਲ ਖਤਮ ਹੁੰਦੀ ਉਹ ਚੀਜ਼ ਇੱਕ ਆਪਾਂ
इस चीज़ को रिप्रेजेंट कर रहे हैं आपां आपदी लोकां तक बच्चों तक बजुर्गों तक दुध पहुँचा रहे हैं वो जिहड़ा जहर उहदे च जा रहा जहर इत्थे दुध च भी आना फिर पशुओं नूं भी बीमारी लगनी है बड़ी इस चीज़ की दिक्कत आउंदी है समस्या आउंदी है इहदा ਆਪਾਂ ਇਹ ਨਹੀਂ ਕਹਿ ਸਕਦੇ ਇਕੱਲਾ ਟ੍ਰਾਇਲ ਹੀ ਕੀਤਾ ਸੀ ਵੀ ਹਜੇ ਆਪਾਂ ਨੂੰ ਰਿਜ਼ਲਟ ਮਿਲ ਗਿਆ ਇਹ ਦੂਸਰਾ ਸਾਈਲੇਜ ਆ ਡਵੰਟਾ ਦਾ ਇੱਕ ਸਾਈਲੇਜ ਮੇਰਾ ਪਹਿਲਾਂ ਚੱਲ ਚੁੱਕਿਆ 6 ਮਹੀਨੇ ਜਿਹੜਾ ਪਿਛਲੇ ਸਾਲ ਅਸੀਂ ਪਾਇਆ ਸੀਗਾ ਇਹ ਦੂਸਰੀ ਵਾਰ ਬਿਜਾਈ ਹੋਈ ਸੀ ਇਹ ਹੁਣ ਚੱਲ ਰਿਹਾ ਇਹ ਚੱਲ ਰਿਹਾ ਅਤੇ ਇਸ ਟਾਈਮ ਤਕਰੀਬਨ ਕੋਈ ਜੇ ਵੇਖੀਏ ਤਾਂ ਐਵਰੇਜ 40 ਤੋਂ 45 ਲੀਟਰ ਅਤੇ ਨੋਰਮਲ ਗਾਵਾਂ ਚੱਲ ਰਹੀਆਂ ਦੁੱਧ 'ਤੇ ਇੱਕ ਇੱਕ ਮੈਨੂੰ ਵੀਰੇ ਤੁਸੀਂ ਮੈਨੂੰ ਵੀਡੀਓ ਦਿਖਾਈ ਸੀ ਉਹਦੇ ਉੱਪਰ ਨਾ ਹਾਂਜੀ ਹਾਂਜੀ ਦੁੰਬਾ ਸੀਗਾ ਵੱਡਾ ਇਹ ਇਹ ਚੀਜ਼ ਦਾ ਬੜਾ ਹੈਗਾ ਸਾਰਿਆਂ ਨੂੰ ਮੈਂ ਜਿੰਨਿਆਂ ਕੁ ਨਾਲ ਮੇਰੇ ਹੋਰ ਫਾਰਮ ਵਾਲਿਆਂ ਕੰਟੈਕਟ ਆ ਤਾਂ ਉਹ ਇਸ ਚੀਜ਼ ਨੂੰ ਹਰ ਬੰਦਾ ਰਿਸਕ ਲੈ ਕੇ ਨਹੀਂ ਰਾਜੀ ਉਹ ਬੰਦੇ ਟ੍ਰਾਇਲ ਕਰਕੇ ਨਹੀਂ ਰਾਜੀ ਜਾਂ ਅਗਲਾ ਡਰਦਾ ਵਾ ਜ਼ਮੀਨ ਥੋੜ੍ਹੀ ਆ ਜਾਂ ਫਾਰਮ ਨਾ ਉਸ ਚੀਜ਼ ਹੋ ਜੇ ਉਹਨੂੰ ਹੁੰਦਾ ਵੀ ਯਾਰ ਮੱਕੀ ਆ ਤਾਂ ਉਹ 'ਚ ਦਾਣਾ ਲੱਗੂਗਾ ਇਹ ਜਵਾ ਉਹ ਜਵਾਰ ਨੂੰ ਜਿਵੇਂ ਹੋਰ ਦੇਸੀ ਕੰਪਨੀਆਂ ਦੀ ਆਉਂਦੀ ਹੈ ਇਸ ਚੀਜ਼ ਦਾ ਬੜਾ ਹੁੰਦਾ ਇਹਦੇ ਵਿੱਚ ਕੀ ਆ ਜਿੰਨੀ ਹੀ ਛੱਲੀ ਲੱਗਦੀ ਆ ਉਹਦੇ 'ਚ ਮੱਕੀ 'ਚ ਓਡਾ ਹੀ ਵੱਡਾ ਦੁੰਬਾ ਇਹਦੇ ਸਿਰ 'ਤੇ ਜਾ ਕੇ ਲੱਗਦਾ ਉਹ ਤੁਸੀਂ ਵੀਡੀਓ ਤੁਹਾਨੂੰ ਮੈਂ ਦਿਖਾਈ ਹੈ ਸਾਰੀ ਹਾਂ ਦਾਣੇ ਦੀ ਘੂਰੀ ਆ ਜਿਹੜਾ ਮੇਨ ਪ੍ਰੋਬਲਮ ਇਹੀ ਆ ਮੇਨ ਵੀ ਜਿਹੜਾ ਇਹਦੇ 'ਚ ਆਪਾਂ ਨੂੰ ਚਾਹੀਦਾ ਨਾ ਉਹ ਚੀਜ਼ ਇਹਦੇ ਬਰਗਾਈ ਸੋਰਗੋ ਦੇ ਵਿੱਚ ਹੈਗੀ ਆ ਹੈਗੀ ਆ ਅਤੇ ਪਲੱਸ ਜ਼ਿਆਦਾ ਵਾ ਜ਼ਿਆਦਾ ਸਭ ਤੋਂ ਵੱਡੀ ਗੱਲ ਤਾਂ ਜ਼ਿਆਦਾ ਵਾ ਅਤੇ ਹੁਣ ਵੀ ਬਸ ਆਪਣੇ ਆਪ ਨੂੰ ਦਿਖਾਉਣੇ ਆਪਣੇ ਲੱਗਿਆ ਹੋਇਆ ਐਰਕੀ ਵੀ ਹੁਣ ਆਪਾਂ ਬਿਜਾਈ ਕਰ ਰਹੇ ਹਾਂ ਪਿਛਲੇ ਸਾਲ ਮੈਂ 8-9 ਏਕੜ ਦੀ ਕੀਤੀ ਸੀਗੀ ਮੇਰੇ ਕੋਲ 22-23 ਕਿੱਲੇ ਜ਼ਮੀਨ ਆ ਤੇ ਹੁਣ ਆਪਾਂ ਐਰਕੀ 15-16 ਏਕੜ ਦੀ ਇਹਦੀ ਬਰਾਈ ਅਚਾਰ ਕਿੰਨੇ ਚਿਰ ਚ ਅਚਾਰ ਬਣ ਜਾਂਦਾ ਅਚਾਰ ਬਈ ਸਹੀ ਤਾਂ 40 ਤੋਂ 45 ਦਿਨ ਦੇ ਵਿੱਚ ਹੋ ਜਾਂਦਾ ਰੈਡੀ 40-45 ਹਾਂ 40-45 ਦਿਨ ਵੈਸੇ ਫਾਰਮਾਂ ਦੀਆਂ ਆਪਣੀਆਂ ਐਮਰਜੈਂਸੀਆਂ ਹੁੰਦੀਆਂ ਕਈ ਵਾਰ ਆਪਾਂ ਛੇਤੀ ਖੋਲ੍ਹਣਾ ਪੈਂਦਾ ਪਰ ਜੇ ਸਹੀ ਤਿਆਰ ਆ ਤਾਂ 40-45 ਦਿਨ ਲੈਂਦਾ ਅਤੇ ਇੱਕ ਬਈ ਵਜਨ 'ਚ ਜਿਵੇਂ ਆਪਾਂ ਗੱਲ ਕਰੀਏ ਵੀ ਜੇ ਆਪਾਂ ਹੁਣ ਪੰਡਾਂ ਵਾਲੇ ਹਿਸਾਬ ਨਾਲ ਗੱਲ ਕਰੀਏ ਜਾਂ ਆਪਾਂ ਵਜਨ 'ਚ ਹਾਂਜੀ ਹਾਂਜੀ ਵਜਨ 'ਚ ਮਤਲਬ ਉਹਦੇ 'ਚ ਮੱਕੀ ਦਾ ਦੇਖੋ ਜਿਹੜਾ ਮੇਰਾ 4-5 ਸਾਲ ਦਾ ਹੈਗਾ ਵਾ ਕਿਉਂਕਿ ਜਦੋਂ ਆਪਾਂ ਪਾਸਿਓਂ ਮੱਕੀ ਲੈਂਦੇ ਹਾਂ ਆਮ ਤਾਂ ਲਾ ਦਿੰਦੇ ਤੁੱਕੇ ਸਾਰੇ ਇੰਨਾ ਨਿਕਲਦਾ ਉਨਾ ਨਿਕਲਦਾ ਅਸੀਂ ਪਾਸਿਓਂ ਮੱਕੀ ਲਈ ਹੋਈ ਅਸੀਂ ਟ੍ਰਾਇਲ ਕੀਤੇ ਹੋਏ ਉਹਦੇ 'ਚ 250 ਕੁਇੰਟਲ ਤੋਂ ਮੱਕੀ ਵੱਧ ਨਹੀਂ ਜਾਂਦੀ ਠੀਕ ਹੈ ਕਿਉਂਕਿ ਅਸੀਂ ਟਰਾਲੇ ਤੋਲ ਤੋਲ ਕੇ ਵੀ ਘਰੇ ਲੈਂਦੇ ਹੋਏ ਆ ਅਤੇ ਇਹਦਾ ਜਿਹੜਾ ਹੈਗਾ ਵਾ ਇਹਦਾ ਮੇਰੇ ਅਕੋਰਡਿੰਗ ਆ ਵੀ 30-40% ਵੱਧ ਨਿਕਲਦਾ ਝਾੜ ਇਹ 350-350 ਕੁਇੰਟਲ ਹਾਂਜੀ ਉਸ ਹਿਸਾਬ ਨਾਲ ਵੀ ਜ਼ਿਆਦਾ ਬਹੁਤ ਜ਼ਿਆਦਾ ਮੈਂ ਤਾਂ ਡੇਢਾ ਤਾਂ ਕਹੂੰਗਾ 20 ਦਿਨ ਘੱਟ ਗਏ ਸਪਰੇ ਸਭ ਤੋਂ ਹਾਂ ਪਾਣੀ ਘੱਟ ਗਿਆ ਪਾਣੀ ਬਹੁਤ ਘੱਟ ਲੱਗਦੇ ਮੱਕੀ ਨੂੰ ਤਾਂ ਪਾਣੀ ਝੋਨੇ ਵਾਂਗੂ ਲੱਗਦਾ ਹਾਂਜੀ ਹਾਂਜੀ ਦੂਜੇ ਤੀਜੇ ਦਿਨ ਇਹਨੂੰ ਤਕਰੀਬਨ 70 ਦਿਨ ਤਾਂ ਤੁਸੀਂ ਆਹ ਲਾ ਜੇ ਉਹਨੂੰ 15 ਪਾਣੀ ਲੱਗਦੇ ਨੂੰ 7 ਲੱਗਣੇ ਤੇ ਬਿਜਾਈ ਬਈ ਬਿਜਾਈ ਕਿੰਨੀ ਕਿਵੇਂ ਹੁੰਦੀ ਆ ਬਿਜਾਈ ਬਈ ਅਲੱਗ ਅਲੱਗ ਤਰੀਕੇ ਆ ਵੀ ਜੇ ਤਾਂ ਛੋਟਾ ਜ਼ਿਮੀਂਦਾਰ ਲਾਉਂਦਾ ਵਾ ਤਾਂ ਉਹ ਜਿਵੇਂ ਨੋਰਮਲ ਛੱਟਾ ਵੀ ਦੇ ਦਿੰਦਾ ਪਰ ਜੇ ਉਹਨੂੰ ਆਪਾਂ ਟੈਕਨੀਕਲੀ ਫਾਰਮ 'ਚ ਦੇਖੀਏ ਤਾਂ ਫਿਰ ਇਹਦੀ ਬਿਜਾਈ ਹੁੰਦੀ ਹੈ ਜਿਵੇਂ ਕਣਕ ਵਾਲੀ ਮਸ਼ੀਨ ਆਪਾਂ ਡਰਿੱਲ ਬੰਦ ਕਰਕੇ ਬਿਜਾਈ ਕਰ ਦਿੰਦੇ ਹਾਂ ਕਿਉਂਕਿ ਸਾਈਲੇਜ ਜਿਹੜੇ ਪਾਉਂਦੇ ਆ ਸਾਰੇ ਫਾਰਮਾਂ ਨੂੰ ਪਤਾ ਹੀ ਆ ਵੀ ਇਹਦੇ 'ਚ ਆਪਾਂ ਨੂੰ ਸਿੰਗਲ ਰੋਲ ਹੀ ਮਸ਼ੀਨ ਚੱਲਣੀ ਹੁੰਦੀ ਆ ਜਾਣੀ ਜੈਗੁਆਰ ਦੀਆਂ ਕਲਾਸ ਦੀਆਂ ਵੱਡੀਆਂ ਮਸ਼ੀਨਾਂ ਜਿਹੜੇ ਵੱਡੇ ਫਾਰਮਰ ਪਾਉਂਦੇ ਆ ਤਾਂ ਉਹਦੇ 'ਚ 2.25 ਫੁੱਟ ਦਾ ਪਾੜਾ ਚਾਹੀਦਾ ਹੁੰਦਾ ਜੀ 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 ਅਤੇ 2.25 ਫੁੱਟ ਦੇ ਪਾੜੇ 'ਚ ਫਿਰ ਇਹ ਆ ਕਿ ਤੁਹਾਡਾ ਸਾਈਲੇਜ ਵਧੀਆ ਗਰੋਥ ਕਰਦਾ ਇਹ ਟਾਂਡਾ ਇਹਦਾ ਮੋਟਾ ਹੋ ਜਾਂਦਾ ਨੂੰ ਜਗ੍ਹਾ ਮਿਲ ਜਾਂਦੀ ਆ ਇਸ ਕਰਕੇ ਬਿਜਾਈ ਤਕਰੀਬਨ ਤੇ ਦੀ ਜਾਂ ਤਾਂ ਨਰਮੇ ਵਾਲੀ ਡਰਿੱਲ ਨਾਲ ਤੇ ਜਾਂ ਕਣਕ ਵਾਲੀ ਡਰਿੱਲ ਨਾਲ ਬੰਦ ਕਰਕੇ ਹਾਂਜੀ ਬੈੱਡਾਂ 'ਤੇ ਜਿਵੇਂ ਆਪਾਂ ਨਰਮਾ ਬੀਜਦੇ ਹਾਂ ਜਿਵੇਂ ਹਾਂ ਜਿੰਨਾ ਨਰਮਾ ਬੀਜਦੇ ਸੇਮ ਉਵੇਂ ਬਿਜਾਈ ਹੁੰਦੀ ਆ ਸੇਮ ਪੱਤਰ 'ਚ ਗਿੱਲ ਪੱਤਰ 'ਚ ਹੀ ਹੋ ਜਾਂਦੀ ਹਾਂਜੀ ਹਾਂਜੀ ਗਿੱਲ ਪੱਤਰ ਜਿਵੇਂ ਆਪਾਂ ਕਣਕ ਦੀ ਬਿਜਾਈ ਕਰਦੇ ਅੱਛਾ ਕਣਕ ਦੀ ਵੀ ਗਿੱਲ ਪੱਤਰ ਹਾਂ ਗਿੱਲ ਪੱਤਰ 'ਚ ਬਿਜਾਈ ਗਿੱਲ ਪੱਤਰ 'ਚ ਹੀ ਹੁੰਦੀ ਆ ਉਹ ਤੋਂ ਬਾਅਦ ਉਹਦੇ ਉੱਤੇ ਹਾਂਜੀ 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 ਉਹ ਤਾਂ ਮਤਲਬ ਕਿ ਇੰਨੀ ਸਪਰੇ ਹੁੰਦੀ ਨਹੀਂ ਵੈਸੇ ਇਹਦੇ 'ਚ ਵੱਧ ਤੋਂ ਵੱਧ ਜੇ ਕਹਿ ਲਈਏ ਆਪਾਂ ਵੀ ਇੱਕ ਅੱਧੀ ਸਪਰੇ ਜੇ ਮੌਸਮ ਦੇ ਅਕੋਰਡਿੰਗ ਸੁੰਡੀ ਵਾਲੀ ਕਰਨੀ ਪਵੇ ਤੇ ਖਾਦ ਮੈਂ ਵੈਸੇ ਹੀ ਘੱਟ ਪਾਉਣਾ ਜੀ ਹੁਣ ਆਲੂਆਂ ਦੀ ਪਟਾਈ ਹੋ ਰਹੀ ਹੈ ਹੁਣ ਮੌਕਾ ਜਾ ਹੁਣ ਬਿਲਕੁਲ ਹੁਣ ਤਾਂ ਕੱਬੇ ਹੁਣ ਤਾਂ ਇਹਦਾ ਜਿਵੇਂ ਕਹਿ ਲਓ ਨਾ ਵੀ ਬਿਲਕੁਲ ਕਰੰਟ ਟਾਈਮ ਚੱਲ ਰਿਹਾ ਜੀ ਵੈਸੇ ਤੁਹਾਨੂੰ ਦੱਸਿਆ ਵੀ ਮੈਂ ਤਾਂ ਦੋਨਾਂ ਸੀਜ਼ਨਾਂ 'ਚ ਲਾਈ ਵੇਖੀ ਹੈ ਮੈਨੂੰ ਤਾਂ ਫਰਕ ਜਿਹੜਾ ਆਹ ਸਾਈਲੇ ਚੱਲ ਰਿਹਾ ਇਹ ਹੈਗੀ ਆ ਅਗਸਤ ਵਾਲੀ ਅਤੇ ਜਿਹੜਾ ਇਸ ਤੋਂ ਪਹਿਲਾਂ ਅਸੀਂ ਐਡਵਾਂਟਾ ਪਾ ਚੁੱਕੇ ਹਾਂ ਇਹਦਾ ਬਰਗਾਈ ਸੋਰਗੋ ਦਾ ਉਹ ਪਿਆ ਸੀ ਪਿਛਲੇ ਸਾਲ ਇਹਦਾ ਫਰਵਰੀ ਵਾਲੀ ਫਰਵਰੀ ਤੋਂ ਲੈ ਕੇ ਆਪਾਂ ਬਿਜਾਈ ਕਰ ਲਈ ਸੀਗੀ ਮਤਲਬ ਕਿ 70-75 ਦਿਨ ਅਪ੍ਰੈਲ 'ਚ 4 ਪੈ ਗਿਆ ਸੀਗਾ ਲਾਸਟ 'ਤੇ ਫਿਰ ਉਸ ਤੋਂ ਬਾਅਦ ਦੁਬਾਰਾ ਬੀਜਦੀ ਸੀ ਅਤੇ ਦੁਬਾਰਾ ਉਸ ਤੋਂ ਬਾਅਦ ਆਪਾਂ ਅਗਸਤ 'ਚ ਦਾ 4 ਪੈ ਗਿਆ ਸੀ ਦਿਨ 'ਤੇ ਹਰਪ੍ਰੀਤ ਵੀਰੇ ਵੀ ਮੁੱਖ ਦੀ ਗੱਲ ਜੇ ਹੁਣ ਆਪਾਂ ਇਸੇ ਵਿਸ਼ੇ 'ਤੇ ਰਹੀਏ ਤਾਂ ਖਰਚਾ ਕਿੰਨਾ ਆ ਜਾਂਦਾ ਵੀ ਜੇ ਆਪਾਂ ਖਰਚੇ ਦਾ ਕੰਪੈਰੀਜ਼ਨ ਕਰੀਏ ਖਰਚਾ ਕਿੰਨਾ ਖਰਚਾ ਬਈ ਚਲੋ ਬੀਆਂ ਦਾ ਤਾਂ ਤਕਰੀਬਨ ਹੁੰਦਾ ਇਹਦਾ ਇੱਕ ਤਾਂ ਬੀ ਵੀ ਘੱਟ ਪੈਂਦਾ ਜੀ 3 ਕਿਲੋ ਤੱਕ ਬੀ ਪੈ ਜਾਂਦਾ ਇਹਦੇ 'ਚ 2.5 ਤੋਂ 3 ਕਿਲੋ ਕਿੰਨੇ ਮਤਲਬ 1 ਏਕੜ ਦੇ ਵਿੱਚ ਜਿਹੜਾ ਆਪਾਂ ਗੱਲ ਕਰਦੇ ਹਾਂ ਹਾਂਜੀ ਹਾਂਜੀ 2.5 ਕਿਲੋ ਹਾਂ 2.5-3 ਕਿਲੋ ਬੀ ਅਤੇ ਦੂਸਰੇ ਨੰਬਰ 'ਤੇ ਜਿਹੜਾ ਆਪਾਂ ਗੱਲ ਕਰੀਏ ਵੀ ਜਿਹੜੀ ਨਾਲ ਖਾਦ ਵਗੈਰਾ ਪੈਂਦੀ ਆ ਹੁਣ DAP ਦੇ 2-2.5 ਗੱਟੇ ਪੈ ਜਾਂਦੇ ਆ ਉਹਦੇ 'ਚ ਆਪਣਾ ਮੱਕੀ ਦੇ ਵਿੱਚ ਇਹਦੇ 'ਚ 1 ਗੱਟਾ ਨਾਲ DAP ਦਾ 21 ਹਾਂਜੀ ਮੈਂ ਇੱਕ ਮਸ਼ੀਨ ਨਾ ਕਿਹੜੀ ਨਾ ਹਾਂ ਮਸ਼ੀਨ ਮੈਂ ਤਾਂ ਦੇਖੋ ਜਿਹੜੇ ਵੱਡੇ ਆਪਣੇ ਹੁੰਦੇ ਆ ਕਣਕ ਵਾਲੀ ਹੈਪੀ ਸੀਡਰ ਵਗੈਰਾ
ਵਗੈਰਾ ਇਹਨਾਂ ਨਾਲ ਬੰਦ ਕਰਕੇ ਵੀ 10 ਪੋਰਾਂ ਹੁੰਦੀਆਂ 5 ਬੰਦ ਕਰਤੀਆਂ ਉਸ ਤਰੀਕੇ ਨਾਲ ਬਿਜਾਈ ਕਰਦੇ ਤੇ ਇੱਕ ਤੁਸੀਂ ਵੀਡੀਓ ਪਾਈ ਵੀ ਸੀਗੀ ਜਿਹੜੀ ਤੁਸੀਂ ਕਹੇ ਸੀ ਵੀ ਮਸ਼ੀਨ ਬਾਰੇ ਮੈਂ ਤੁਹਾਡੀ ਵੇਖੀ ਹੋਈ ਹੈ ਵੀਡੀਓ ਹਾਂਜੀ ਵੀ ਉਹ 4 ਨਵੇਂ ਟ੍ਰੀ ਪਲਾਂਟ ਆਪਾਂ ਕਹਿ ਦਿੰਦੇ ਉਹਨੂੰ ਉਹਦੇ ਨਾਲ ਬੀਜੀ ਹਾਂ ਉਹਦੇ ਨਾਲ ਬੀਜੀ ਜਾਂਦੀ ਹੈ ਉਹਦੇ ਨਾਲ ਡਿਸਕਾਂ ਨਾਲ ਨਾ ਉਹਦੇ ਨਾਲ ਪ੍ਰੋਪਰ ਇਹਦੀ ਸਹੀ ਬਿਜਾਈ ਹੋ ਜਾਂਦੀ ਆ ਮਤਲਬ ਤਕਰੀਬਨ ਬਿਜਾਈ ਇਹਦੀ ਇੰਨੀ ਜਿਵੇਂ ਕੁਛ ਲੋਕਾਂ 'ਚ ਹੈਗਾ ਵੀ ਇਹ ਨਵੀਂ ਚੀਜ਼ ਆ ਬਿਜਾਈ ਕਿੱਦਾਂ ਹੁੰਦੀ ਹੋਊਗੀ ਕਿਵੇਂ ਹੁੰਦੀ ਹੋਊਗੀ ਤਾਂ ਐਡੀ ਔਖੀ ਨਹੀਂ ਆ ਸਿੰਪਲ ਬਿਜਾਈ ਆ ਵੇਖਿਆ ਜਾਵੇ ਤਾਂ ਮੱਕੀ ਨਾਲੋਂ ਜੇ ਮੱਕੀ ਖੇਲਾਂ ਖੂਣਾਂ 'ਤੇ ਹੁੰਦੀ ਉਹਦੇ ਨਾਲ ਤਾਂ ਵਧੀਆ ਬਿਜਾਈ ਹੁੰਦੀ ਹੈ ਦਾਣੇ ਤਾਂ ਦਾਣੇ ਹੀ ਹਾਂਜੀ 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 ਸਭ ਤੋਂ ਵੱਡੀ ਗੱਲ ਅਕਸਰ ਬੀਜਣੇ ਤਾਂ ਦਾਣੇ ਹੀ ਆ ਤੇ ਆ ਇਹਦਾ ਮੇਨ ਹੈਗਾ ਬਰਕਾਈ ਸੋਰਗੋ ਐਡਵਾਂਟਾ ਦਾ ਇਹ ਹੁਣ ਮੇਰੇ ਆਈ ਹੋਈ ਹੈ ਇਸ ਟਾਈਮ ਇੱਕ ਗੱਲ ਇਉਂ ਆ ਯਾਰ ਜਦੋਂ ਨਾ ਕੋਈ ਅਸਲੀ ਚੀਜ਼ ਆਉਂਦੀ ਆ ਤੇ ਸਿਆਪਾ ਆਪਣੇ ਮੁਲਕ 'ਚ ਨਾਲ ਬਿਲਕੁਲ ਨਕਲੀ ਨਾਲ ਹੀ ਆ ਜਾਂਦੀ ਉਦੋਂ ਹੀ ਨਕਲ ਉਦੋਂ ਹੀ ਬਣ ਜਾਂਦੀ ਹੈ ਨਹੀਂ ਨਹੀਂ ਬਾਈ ਇਹ ਅਸਲ ਨਕਲ ਦਾ ਕੀ ਅਸਲ ਨਕਲ ਦਾ ਵੈਸੇ ਤਾਂ ਨਾ ਮੈਂ ਦੇਖਿਆ ਮੱਕੀ ਦਾ ਤਾਂ ਆ ਜਾਂਦਾ ਜੀ ਪਰ ਇਹਦਾ ਹਜੇ ਤੱਕ ਤਾਂ ਨਹੀਂ ਮੈਂ ਦੇਖਿਆ ਵੀ ਕਿਤੇ ਇਹਦਾ ਨਕਲੀ ਹੋਵੇ ਕਿਉਂਕਿ ਹਰ ਜਗ੍ਹਾ ਅਵੇਲੇਬਲ ਆ ਤੇ ਕੰਪਨੀ ਸਿੱਧਾ ਆਪਦਾ ਅਵੇਲੇਬਲ ਕਰਾਉਂਦੀ ਆ ਜੋ ਵੀ ਇਹਦਾ ਹੈਗਾ ਸਾਰਾ ਐਡਵਾਂਟਾ ਦਾ ਕੰਪਨੀ ਬਾਈ ਕਿੰਨੇ ਕੁ ਚਿਰ ਤੋਂ ਚੱਲਦੀ ਹੈ ਇਹ ਕੰਪਨੀ ਬਾਈ ਤਕਰੀਬਨ ਮੇਰੇ ਹਿਸਾਬ ਨਾਲ 65 ਸਾਲ ਤੋਂ ਤਾਂ ਰਿਸਰਚ ਹੀ ਚੱਲ ਰਹੀ ਹੈ ਇਹਨਾਂ ਦੀ ਸਪੈਸ਼ਲ ਚਾਰੇ ਦੇ ਉੱਤੇ ਜਿੰਨਾ ਕੁ ਮੈਂ ਇਹਦਾ ਸਾਰਾ ਗੂਗਲ ਕਰਦਾ ਰਹਿੰਦਾ ਕਿਉਂਕਿ ਮੈਂ ਕਿਸੇ ਵਪਾਰੀ ਦੇ ਜਾਂ ਪਿਛੇ ਪਿੱਛੇ ਲੱਗ ਕੇ ਚੀਜ਼ ਨਹੀਂ ਲੈਂਦਾ ਮੈਂ ਤਾਂ ਐਗਜੈਕਟ ਜਿਹੜੀ ਮੈਨੂੰ ਚੀਜ਼ ਚੰਗੀ ਲੱਗਦੀ ਆ ਪਿਛਲੇ ਸਾਲ ਵੀ ਇਹਦਾ ਦੇਖਿਆ ਪ੍ਰੋਪਰ ਰਿਜ਼ਲਟ ਦੇਖਿਆ ਹੁਣ ਮੈਂ ਤਾਂ ਸਗੋਂ ਅੱਗੇ ਕਾਫੀ ਬੰਦੇ ਨੂੰ ਗਾਈਡ ਕਰਿਆ ਕਿ ਹੁਣ 15 ਕਿੱਲੇ ਦਾ ਆਇਆ ਪਿਆ ਜੀ ਹੁਣ ਮੇਰੇ ਸਾਰੇ ਸਰੋਂ ਦੀ ਵਢਾਈ ਹੋਣੀ ਆ ਜਿੰਨੀ ਆ ਸਾਰੀ ਸਰੋਂ ਲੱਗੀ ਹੋਈ ਆਪਣੇ 'ਤੇ ਸਾਰੀ ਇਹੀ ਹੁਣ ਲੱਗਣੀ ਇਸ ਤੋਂ ਬਾਅਦ ਇਹੀ ਲੱਗਣੀ ਆਪਾਂ ਹਰਪ੍ਰੀਤ ਵੀਰੇ ਦੇਖੀਏ ਕਿੱਥੇ ਹਾਂਜੀ ਹਾਂਜੀ ਆ ਤੁਹਾਨੂੰ ਮੈਂ ਦਿਖਾਉਣਾ ਪਹਿਲਾਂ ਇਹ ਇੱਧਰ ਆਪਣੇ ਪੇਟਾ ਆ ਜਾਂਦੇ ਆ ਉਹ ਤਾਂ ਹੁਣ ਖਤਮ ਹੋ ਗਿਆ ਜਿਹੜਾ ਪਹਿਲਾਂ ਸੀਗਾ ਆ ਹੁਣ ਚੱਲ ਰਿਹਾ ਇਸ ਟਾਈਮ ਹਾਂਜੀ ਹਾਂਜੀ ਇਹ ਚੱਲਦਾ ਪਿਆ ਇਹ ਪਾਇਆ ਹੋਇਆ ਆਪਣਾ ਹਾਂਜੀ ਇਹ ਪਾਇਆ ਹੋਇਆ ਤੇ ਇਹ ਇਸ ਟਾਈਮ ਜਿਹੜੀਆਂ ਹੁਣ ਸਾਰੇ ਫਾਰਮ ਦੇ ਵਿੱਚ ਮਤਲਬ ਗਾਵਾਂ ਖਾ ਰਹੀਆਂ ਤੇ ਵੀਰੇ ਜਿਵੇਂ ਮੰਨ ਕੇ ਚੱਲੋ ਤੁਸੀਂ ਕਾਫੀ ਮੈਂ ਦੇਖਿਆ ਤੁਹਾਡਾ ਤੁਹਾਨੂੰ ਮਿਲ ਕੇ ਹਾਂਜੀ ਹਾਂਜੀ ਬਾਈ ਤੁਸੀਂ ਕਾਫੀ ਰਿਸਰਚ ਕਰਦੇ ਆ ਇੱਥੇ ਬਿਲਕੁਲ ਜੀ ਆ ਬਾਈ ਦੇਖੋ ਬਾਈ ਇੱਕ ਤਾਂ ਹੁੰਦਾ ਵੀ ਕੰਪਨੀ ਦੇ ਕਹੇ ਤੇ ਮੰਨ ਲਿਆ ਵੀ ਇਹ ਚ ਫਲਾਨੀ ਚੀਜ਼ ਹੈ ਜਿੱਤੇ ਬਈ ਇਹ ਦੇਖੋ ਹਾਂ ਆਪਾਂ ਆਪਾਂ ਵੈਰੀਫਾਈ ਕੀਤਾ ਦੇਖੋ ਬਈ ਰਿਸਕ ਲੈਣੇ ਵੀ ਪੈਂਦੇ ਆ ਜੀ ਪਰ ਇਹ ਰਿਸਕ ਆਪਾਂ ਨੂੰ ਫਾਇਦੇਮੰਦ ਰਿਹਾ ਆ ਤੁਹਾਡੇ ਸਾਹਮਣੇ ਆ ਪਿੱਟ ਭਰਿਆ ਪਿਆ ਜੀ ਇਹਦੇ ਜਿਹੜਾ ਆਪਣਾ ਗੜਵਾਸੂ ਤੋਂ ਸੀ ਉਹਨਾਂ ਤੋਂ ਵੀ ਇਹਦੀ ਸਾਰੀ ਆਪਣਾ ਟੈਸਟ ਕਰਾਏ ਕਿਉਂਕਿ ਬਿਨਾਂ ਟੈਸਟ ਤੋਂ ਤਾਂ ਆਪਾਂ ਕੁਛ ਪਾਉਂਦੇ ਨਹੀਂ ਫਾਰਮ ਕਿਉਂਕਿ ਸਾਰੇ ਆਪਾਂ ਨੂੰ ਕੰਪਨੀ ਵਾਲੇ ਡਾਕਟਰ ਦਿੰਦੇ ਆ ਆਪਣੇ ਆਪਦੇ ਡਾਕਟਰ ਵੀ ਹੈਗੇ ਆ ਕੀ ਨਿਕਲਿਆ ਇਹ ਚੋਂ ਇਹਦੇ 'ਚ ਡਰਾਈ ਮੈਟਰ ਜਿਹੜਾ ਹੁੰਦਾ ਆਪਾਂ ਜਿਹੜੇ ਆਪਾਂ ਕਹਿੰਦੇ ਸੁੱਕੇ ਤੱਤ ਹੁੰਦੇ ਆ ਉਹ ਇਹਦੇ ਜਿਵੇਂ ਮੱਕੀ ਦੇ ਜਿਵੇਂ ਕਹ ਲਓ ਇਕੁਅਲ ਹੀ ਰਹੇ ਆ ਬਰਾਬਰ ਹਾਂ ਵੀ 30-35% ਤੱਕ ਉਹਦਾ ਹੁੰਦਾ ਵਾ ਡਰਾਈ ਮੈਟਰ ਹੁੰਦਾ ਇਹਦਾ ਅਤੇ ਜਿਹੜਾ ਪ੍ਰੋਟੀਨ ਸੀਗਾ ਉਹ 1.5-2% ਮੱਕੀ ਨਾਲੋਂ ਜ਼ਿਆਦਾ ਆਇਆ ਇਹਦੇ 'ਚ ਜ਼ਿਆਦਾ ਰਿਹਾ ਅਤੇ ਉਸ ਚੀਜ਼ ਦਾ ਫਿਰ ਇਹਦਾ ਸਾਈਲੇਜ ਤਿਆਰ ਵੀ ਪਹਿਲਾਂ ਹੋ ਜਾਂਦਾ ਇਸ ਚੀਜ਼ ਦਾ ਮੈਂ ਦੇਖਿਆ ਹਾਂਜੀ ਵੀ ਪ੍ਰੋਪਰ ਜੇ ਵੇਖਿਆ ਜਾਵੇ ਤਾਂ ਓਵਰਆਲ ਇਹਦਾ ਮੈਂ 19-21 ਹੀ ਕਹੂੰਗਾ ਜਿਹੜੀ ਮੇਰੀ ਖੁਦ ਦੀ ਬਿਜਾਈ ਸੀ 8-10 ਕਿੱਲਿਆਂ ਦੀ 19-21 ਝਾੜ 'ਚ ਵੀ ਰਿਹਾ ਝਾੜ 'ਚ ਵੀ ਰਿਹਾ 19-21 ਹਾਂ ਖਰਚਿਆਂ 'ਚ ਵੀ ਰਿਹਾ ਸੰਭਾਲ 'ਚ ਵੀ ਰਿਹਾ ਸੰਭਾਲ ਵੀ ਘੱਟ ਆ ਹਾਂਜੀ ਹਾਂਜੀ ਤੇ 19-21 ਦਿਨਾਲੇ 'ਚ ਵੀ ਰਹਿ ਗਿਆ ਹਰ ਪਾਸਿਓਂ ਆਪਾਂ ਕਹਿ ਸਕਦੇ ਸਭ ਤੋਂ ਵੱਡੀ ਗੱਲ ਦੁੱਧ ਤੇ ਹਾਂਜੀ ਜਿਹੜਾ ਮੈਨੂੰ ਡਰ ਸੀਗਾ ਵੀ ਕਿਤੇ ਯਾਰ ਨਵੀਂ ਚੀਜ਼ ਕਰ ਰਹੇ ਹਾਂ ਵੀ ਦੁੱਧ ਨਾ ਘੱਟ ਜੇ ਗਾਵਾਂ ਦਾ ਜਾਂ ਕੁਛ ਆ ਅਤੇ ਉਹਦੇ ਵਿੱਚ ਕੁਆਲਿਟੀ ਵੀ ਸੁਧਰ ਕੇ ਆਈ ਆ ਫੈਂਟ ਮੇਰੀ ਅੱਗੇ ਫੈਂਟ 3-7 ਇੱਥੇ ਰਹਿੰਦੀ ਹੁੰਦੀ ਪਿਛਲੇ 1 ਸਾਲ ਤੋਂ ਚੱਲ ਰਿਹਾ ਸਾਈਲੇਜ ਇਹ ਉਦੋਂ ਦੀ ਫੈਂਟ 4.14 ਮੈਂ ਤੁਹਾਨੂੰ ਦੱਸਿਆ ਪ੍ਰੋਟੀਨ ਵਧੀਆ ਆ ਰਿਹਾ ਸਾਰਾ 1.5-2% ਜ਼ਿਆਦਾ ਸੀ ਉਸ ਚੀਜ਼ ਨਾਲ ਇਹਦੇ 'ਚ ਅਤੇ ਹੁਣ ਅਗਲੀ ਬਿਜਾਈ 'ਤੇ ਤਕਰੀਬਨ ਸਾਰਾ ਮਤਲਬ ਕਿ ਪਿਛਲੀ 50-50 ਸੀ ਐਰ ਕੀ ਮੈਂ 80-20 ਦੇ ਆ ਗਿਆ ਵੀ 80% ਇਹਦੀ ਐਡਵਾਂਟਾ ਦੀ ਕਰ ਰਹੇ ਹਾਂ ਆਪਾਂ ਅਤੇ ਆਪਾਂ ਤਾਂ ਇਹੀ ਕਹਿੰਦੇ ਹਾਂ ਵੀ ਬਾਕੀ ਤੁਸੀਂ ਰਿਜ਼ਲਟ 'ਤੇ ਚੱਲੋ ਅਤੇ ਜਦੋਂ ਕੋਈ ਬੀਜਣਾ ਤਾਂ ਹੈਗਾ ਹੀ ਆ ਹਾਂਜੀ 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 ਸਭ ਤੋਂ ਕਿਸੇ ਨੂੰ ਦੇਖ ਕੇ ਹਾਂ ਜਿਹੜਾ ਮੈਂ ਸਲਾਹ ਤਾਂ ਦਊਂਗਾ ਕਿਉਂਕਿ ਇਹ ਕਿਸੇ ਤੁਹਾਨੂੰ ਅੱਗੇ ਆਪਾਂ ਪਹਿਲਾਂ ਸਟਾਰਟਿੰਗ 'ਤੇ ਗੱਲ ਕਰ ਲਈ ਵੀ ਕਿਸੇ ਵੀ ਤਰ੍ਹਾਂ ਦੇ ਜ਼ਮੀਨ 'ਚ ਹੋ ਜਾਂਦੀ ਹੈ ਕਿਉਂਕਿ ਸਾਡੀਆਂ ਜ਼ਮੀਨਾਂ ਚਲੋ ਥੋੜ੍ਹੀਆਂ ਨਹਿਰਾਂ ਦੇ ਕਰਕੇ ਤਕੜੀਆਂ ਜਾਂ ਕੁਛ ਆ ਕਈ ਬੰਦਾ ਤਾਂ ਡਰ ਜਾਂਦਾ ਵੀ ਇਹ ਜ਼ਮੀਨ ਹੌਲੀ ਆ ਅਤੇ ਮੈਨੂੰ ਲੱਗਦਾ ਵੀ ਰੇਤਲੀ ਹੋ ਗਏ ਜਿਵੇਂ ਵੀ ਹੋ ਗਏ ਇਹ ਪੂਰਾ ਖੁੱਲ੍ਹ ਕੇ ਚੱਲਦੀ ਹੈ ਇਹ ਹੋ ਜਾਂਦੀ ਹਾਂਜੀ ਹਾਂਜੀ ਹੋ ਜਾਂਦੀ ਵੀਰੇ ਇਹਦੀ ਟਾਈਮਿੰਗ ਕੀ ਆ ਮਤਲਬ ਜਦੋਂ ਆਪਾਂ ਇੱਕ ਬੰਦਾ ਕਿਸਾਨ ਬੁੱਝੇ ਕਿਵੇਂ ਕਿ ਹੁਣ ਭਾਈ ਇਹ ਮੇਰਾ ਚਾਰ ਪਾਉਣ ਦੇ ਯੋਗ ਆ ਇਹ ਚੀਜ਼ ਹੈਗੀ ਆ ਹਾਂ ਐਡਵਾਂਸ ਪਾ ਦਿੰਦੇ ਲੇਟ ਪਾ ਦਿੰਦੇ ਮੱਕੀ ਦਾ ਵੀ ਆਇਆ ਹੋਇਆ ਮੱਕੀ ਦਾ ਇਹਦਾ ਕੀ ਹੈਗਾ ਵੀ ਜਦੋਂ ਦਾਣਾ ਜਿਹੜਾ ਇਹਦਾ ਉੱਪਰ ਗੁੰਬਾ ਚੜ੍ਹ ਜਾਂਦਾ ਉਹ ਛੱਲੀ ਜਿੰਨਾ ਹੀ ਹੁੰਦਾ ਤਕਰੀਬਨ ਉਹਦਾ ਸਾਈਜ਼ ਉਨਾ ਹੀ ਚਲਾ ਜਾਂਦਾ ਤਕਰੀਬਨ ਬਹੁਤ ਭਰ ਜਾਂਦਾ ਉਹ ਉਹਦੀ ਇੱਕ ਸਟੇਜ ਹੁੰਦੀ ਹੈ 70-75 ਦਿਨ 'ਤੇ ਜਾ ਕੇ ਨਾ ਉਹ ਫਿਸਣ ਦੁੱਧ ਨਿਕਲਣ ਲੱਗ ਪੈਂਦਾ ਕੋਈ ਵੀਡੀਓ ਵਗੈਰਾ ਹੈਗੀ ਆ ਵੀ ਹਾਂਜੀ ਹਾਂਜੀ ਵੀਡੀਓ ਹੈਗੀਆਂ ਤਕਰੀਬਨ ਉਹਦੀਆਂ ਸਾਰੀਆਂ ਮੇਰੇ ਕੋਲ ਵੀਡੀਓ ਪਈਆਂ ਹਾਂ ਹਾਂ ਸਾਰੀਆਂ ਮੇਰੇ ਕੋਲ ਪਈਆਂ ਸਾਈਲੇਜ ਪਾਉਂਦਿਆਂ ਦੀਆਂ ਪਈਆਂ ਵਾ ਦੂਸਰੀਆਂ ਤੀਸਰੀਆਂ ਵਾ ਉਹ ਜਦੋਂ ਆਪਾਂ ਨੂੰ ਪ੍ਰੈਸ ਕਰਦੇ ਹਾਂ ਪ੍ਰੋਪਰ ਉਹਦੇ ਵਿੱਚੋਂ
ਦੁੱਧ ਵਾਂਗੂ ਇੱਕ ਆਟਾ ਇਹ ਤਿਆਰ ਹੋ ਜਾਂਦਾ ਸਾਰੀ ਕਹਿ ਲਓ ਵੀ ਜਿਹੜਾ ਆਪਾਂ ਕਹਿ ਲਈਏ ਵੀ ਉਹਦਾ ਸਿਰ ਆ ਜਿਹੜੀ ਜਾਨ ਆ ਉਹ ਉਸ ਚੀਜ਼ ਦੇ ਵਿੱਚ ਹੈਗੀ ਆ ਅਤੇ ਉਸ ਤੋਂ ਪਲੱਸ ਪੁਆਇੰਟ ਇਹਦਾ ਕੀ ਆ ਅੱਗੇ ਮੈਨੂੰ ਜਿਹੜਾ ਇਹਦਾ ਫਾਰਮ ਜਿੱਥੋਂ ਮਰਦੇ ਆਪਣੇ ਵੀ ਜਿੱਥੋਂ ਆਪਾਂ ਘਾਟੇ 'ਚ ਜਾਂਦੇ ਹਾਂ ਕਹਿ ਲਓ ਉਹ ਹੁੰਦੇ ਆ ਵੀ ਜਦੋਂ ਮੱਕੀ ਦਾ ਆਪਣੇ ਕੋਲ ਇੱਕ ਟਾਈਮ ਬਾਉਂਡ ਹੁੰਦਾ ਕਿ ਜਾਂ ਤਾਂ ਫਰਵਰੀ 'ਚ ਅਤੇ ਜਾਂ ਉਸ ਤੋਂ ਬਾਅਦ ਇੱਕ ਆਪਾਂ ਮੱਕੀ ਉਹ 'ਚ ਦਾਣਾ ਨਹੀਂ ਚੜ੍ਹਦਾ ਅਗਸਤ ਵਾਲੀ 'ਚ ਜੇ ਲੇਟ ਵਾਲੀ ਹਾਂ ਲੇਟ ਵਾਲੀ ਤਾਂ ਉਹ 'ਚ ਦਾਣੇ ਨਹੀਂ ਪੈਂਦੇ ਅੱਗੇ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਐਰਕੀ ਆਹ ਮੇਰਾ ਪਿੱਟ ਭਰਿਆ ਦੇਖ ਰਿਹਾ ਇਸੇ ਕਰਕੇ ਨਹੀਂ ਤਾਂ ਇੱਥੇ 8 ਰੁਪਈਏ ਜਿਹੜਾ ਬਾਜ਼ਾਰ ਦਾ ਚਾਰ ਆ ਉਹ ਪੈਂਦਾ ਉਹ ਆਪਾਂ ਅੱਧਾ ਘਾਟੇ ਚਲੇ ਜਾਂਦੇ ਫਾਰਮ ਨੂੰ ਐਰਕੀ ਅੱਗੇ ਮੇਰੇ 6-7 ਟਰੱਕ ਆ ਜਾਂਦੇ ਸੀਗੇ ਕਿਉਂ ਮੱਕੀ ਦਾ ਟਾਈਮ ਨਹੀਂ ਸੀ ਹੁੰਦਾ ਮਜਬੂਰੀ ਝੋਨਾ ਲਾਓ ਕਣਕ ਲਾਓ ਕੁਛ ਲਾਓ ਇਹਦਾ ਇਹ ਪਲੱਸ ਪੁਆਇੰਟ ਸੀਗਾ ਕਿ ਇਹਨੂੰ ਆਪਾਂ ਮੁੜ ਕੇ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਹੁਣ ਇਸ ਟਾਈਮ ਸਾਈਲੇ ਚੱਲ ਰਿਹਾ ਇਹ ਜੁਲਾਈ ਵਾਲਾ ਜੁਲਾਈ 'ਚ ਬਿਜਾਈ ਕਰ ਲਈ ਸੀ ਇਹਦੀ ਅਤੇ ਇਹਨੂੰ ਜਾ ਕੇ ਜਿਹੜਾ ਅਗਸਤ ਸਪਟੈਂਬਰ ਦੇ ਵਿੱਚ ਬਣਦਾ ਉਹਦੇ ਵਿੱਚ ਵੀ ਦਾਣਾ ਓਨਾ ਹੀ ਚੜ੍ਹਦਾ ਜਿਹੜੇ ਆਪਾਂ ਸਟਾਰਟਿੰਗ ਤੇ ਗੱਲ ਕੀਤੀ ਵੀ ਕਿਸੇ ਸੀਜ਼ਨ ਦੇ ਵਿੱਚ ਵੀ ਦਾਣੇ ਵੱਲੋਂ ਨਹੀਂ ਕਮੀ ਆਉਂਦੀ ਇਹਦੀ ਹਾਂ ਜਿਹੜੇ ਤੱਤ ਨਹੀਂ ਘਟਦੇ ਮੱਕੀ ਨੂੰ ਜੇ ਆਪਾਂ ਧੱਕਾ ਕਰਾਂਗੇ ਵੀ ਤਾਂ ਉਹਦੇ 'ਚ ਕੀ ਆ ਵੀ ਉਹ ਮੁੜ ਕੇ ਰਿਜ਼ਲਟ ਨਹੀਂ ਮਿਲਣਾ ਮੱਕੀ ਨੂੰ ਯਾਰ ਇੱਕ ਉਹ ਵੀ ਪੰਗਾ ਨਾ ਵੀ ਸੁੰਡੀ ਹਾਂਜੀ ਹਾਂਜੀ ਇਹ ਫਾਰਮ ਹਾਂ ਮੈਂ ਕਹਿੰਦਾ ਜੀ ਉਹ ਸਾਡੇ ਵੀ ਹੱਥ ਖੜੇ ਹੋਏ ਆ ਅਤੇ ਉਹ ਫਾਹ ਦੀ ਕਰਕੇ ਬਿਮਾਰੀ ਇੰਨੀ ਕੁ ਜ਼ਿਆਦਾ ਹੈਗੀ ਉਹ ਮੈਂ ਉਹਦੇ ਬੜੀ ਰਿਸਰਚ ਵੀ ਕੀਤੀ ਹਾਂ ਲਾਲ ਜੀ ਸੁੰਡੀ ਆ ਪੱਤੇ ਖਾਂਦੀ ਆ ਸਾਰਾ ਉਹ ਹਨਾ ਉਹਦਾ ਕੀ ਆ ਵੀ 6-7 ਸਪਰੇਆਂ ਹੋ ਗਈਆਂ ਮੱਕੀ 'ਤੇ ਉਹਨੇ ਲਾਸਟ ਤੱਕ ਮੱਕੀ ਦੇ ਵਿੱਚੋਂ ਅਸਲ ਉਹ ਪਿੱਟ ਖਾਲੀ ਪਏ ਉਹ ਪਿੱਛੇ ਤਾਂ ਉਹਦੇ ਵਿੱਚੋਂ ਸਾਈਲੇਜ ਖਰਾਬ ਪਿਆ ਵਾ ਉਹ ਸੁੰਡੀ ਕਰਕੇ ਆ ਸਾਰਾ ਵੀ ਜੇ ਕਹਿ ਲਈਏ ਵੀ 10ਵਾਂ ਹਿੱਸਾ ਸਾਡਾ ਖਰਾਬ ਹੋ ਗਿਆ ਸੁੰਡੀ ਕਰਕੇ ਕਿਉਂਕਿ ਉਹ ਛੱਲੀਆਂ ਤੱਕ ਸੁੰਡੀ ਚਲੀ ਗਈ ਇਹਦੇ 'ਚ ਜੇ ਉਹਦਾ ਅਟੈਕ ਆਇਆ ਵੀ ਯੂਨੀਵਰਸਿਟੀ ਵਾਲੇ ਤਾਂ ਕਹਿੰਦੇ ਸੀਗੇ ਵੀ ਬਾਹ ਦਿਓ ਜਿੱਥੇ ਹੈਗੇ ਵੀ ਇਹਦਾ ਬਾਈ ਜੀ ਬਾਈ ਮੈਂ ਖੁਦ ਬਾਈ ਉਹ ਵੀ ਵੀਡੀਓ ਤੱਕ ਮੇਰੀ ਕੀ ਆ ਤਾਂ ਮੈਂ ਕੋਈ ਚੀਜ਼ ਚੰਗੀ ਕਰਾਂ ਮਾੜੀ ਕਰਾਂ ਮੈਂ ਉਹਨੂੰ ਉਸ ਚੀਜ਼ ਨੂੰ ਕੈਪਚਰ ਕਰਦਾ ਹੁੰਦਾ ਕਿ ਇਹ ਮੇਰਾ ਮਾੜਾ ਸੀ ਇਹ ਮੇਰਾ ਚੰਗਾ ਸੀਗਾ ਮੈਂ 2.5-3 ਕਿੱਲੇ ਏਕੜ ਵਾਹੀ ਸੀਗੀ ਜ਼ਮੀਨ ਉਹ ਮਤਲਬ ਸੁੰਡੀ ਦਾ ਇੰਨਾ ਕੁ ਜ਼ਿਆਦਾ ਅਟੈਕ ਹੋ ਗਿਆ ਉਹ ਵਾਹ ਕੇ ਉਸ ਤੋਂ ਬਾਅਦ ਹੀ ਇਹ ਦੁਬਾਰਾ ਬਿਜਾਈ ਕਰਤੀ ਸੀ ਕਿਉਂਕਿ ਉਦੋਂ ਮੌਸਮ ਉਹਦਾ ਹੈ ਨਹੀਂ ਸੀਗਾ ਮੱਕੀ ਦਾ ਵਾਹੁਣੀ ਪਈ ਮਹੀਨੇ 1.5 ਮਹੀਨੇ 'ਤੇ ਜਾ ਕੇ ਵਾਹਤੀ ਅਤੇ ਉਸ ਤੋਂ ਬਾਅਦ ਇਹਦੇ 'ਚ ਹੈਗਾ ਪਰ ਇਹਦੇ 'ਚ ਇੰਨਾ ਮਤਲਬ ਕਿਉਂਕਿ ਜ਼ਿਆਦਾ ਉਹ ਛੱਲੀ ਨੂੰ ਪੈ ਜਾਂਦੀ ਛੱਲੀ ਤੱਕ ਜਾਈ ਜਾਂਦੀ ਆ ਇਹਦੇ 'ਚ ਉਹਦਾ ਰਿਹਾ ਥੋੜ੍ਹਾ ਜਿਹਾ ਹੁਣ ਆਪਾਂ ਇਹਨੂੰ ਪੇਂਡੂ 'ਚ ਕਹਿ ਲਈਏ ਵੀ ਥੋੜ੍ਹਾ ਇਹਦਾ ਮਿਠਾਸ ਹੁੰਦੀ ਜਾਂ ਕੁਛ ਕਹਿ ਲਓ ਇੰਨਾ ਇਹਦੇ 'ਤੇ ਉਹ ਅਟੈਕ ਨਹੀਂ ਰਿਹਾ ਉਹਦਾ ਵੀ ਇਹਦੇ 1-2 ਸਪਰੇਆਂ ਨਾਲ ਸਰ ਗਿਆ ਇਹਦਾ ਸਰ ਗਿਆ ਪਰ ਉਹਦੇ 'ਚ ਤਾਂ ਮੱਕੀ ਦਾ ਬਹੁਤ ਨੁਕਸਾਨ ਕਰਦੀ ਅਤੇ ਐਰਕੀ ਤਾਂ ਇੱਥੇ ਤੱਕ ਕਹਿ ਰਿਹਾ ਕਿ ਉਸ ਚੀਜ਼ ਦਾ ਅਸਰ ਵਧਿਆ ਵੀ ਹੋਰ ਵੀ ਜ਼ਿਆਦਾ ਉਹ ਨੁਕਸਾਨ ਕਰ ਸਕਦੀ ਹੈ ਕੁਛ ਹੁੰਦੀ ਹੈ ਨਾ ਜੈਨੇਟਿਕ ਤੌਰ 'ਤੇ ਜਿਹੜੀ ਬਿਮਾਰੀ ਆ ਉਹ ਤਕੜੀ ਹੋ ਜਾਂਦੀ ਹੈ ਹਾਂਜੀ 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 ਉਹ ਪਿਛਲੇ ਸਾਲੇ ਨਵੀਂ ਬਿਮਾਰੀ ਕਹਿ ਲਓ ਆਈ ਆ ਅਤੇ ਉਸ ਚੀਜ਼ ਦਾ ਐਰਕੀ ਜ਼ਿਆਦਾ ਡਰ ਵੀ ਹੈਗਾ ਇਸ ਚੀਜ਼ ਨੂੰ ਲੈ ਕੇ ਇੱਕ ਮੈਨੂੰ ਨਾ ਤੁਸੀਂ ਜਦੋਂ ਆਪਾਂ ਗੱਲਾਂ ਕਰਦੇ ਜਦੋਂ ਚਾਹ ਪੀਂਦੇ ਸੀ ਮੈਨੂੰ ਕਹਿੰਦੇ ਸੀ ਇਹਦੇ ਨਾਲ ਕੁਛ ਮਿਲ ਹਾਂਜੀ ਹਾਂਜੀ ਇਹਦੇ ਨਾਲ ਨਾਈਟ੍ਰੋਜਨ ਵਗੈਰਾ ਛੋਟੇ ਜ਼ਿਮੀਂਦਾਰਾਂ ਦਾ ਬੜਾ ਫਾਇਦਾ ਹੋ ਜਾਂਦਾ ਉਸ ਚੀਜ਼ 'ਚ ਕਿਉਂਕਿ ਦੇਖੋ ਹਰ ਬੰਦਾ ਨਹੀਂ ਕਰ ਪਾਉਂਦਾ ਅਫੋਰਡ ਨਹੀਂ ਕਰ ਪਾਉਂਦਾ ਕਈ ਬੰਦਿਆਂ ਨੂੰ ਤਾਂ ਇੰਨਾ ਔਖਾ ਹੋ ਜਾਂਦਾ ਬੀ ਵਗੈਰਾ ਲੈਣਾ ਕਰਨਾ ਅਤੇ ਉਹਦੇ 'ਚ ਕੀ ਆ ਇਹ ਕੰਪਨੀ ਨਾਲ ਦੇ ਰਹੀ ਹੈ ਇਹਦੇ ਸਪਰੇਅ ਦੇ ਰਹੀ ਆ ਅਤੇ ਉਹਦੇ ਦੇਖੋ ਜਿਹੜਾ ਛੋਟਾ ਜ਼ਿਮੀਂਦਾਰ ਆ ਹਰ ਬੰਦਾ ਆਪਦਾ 1-2 ਰੁਪਈਏ ਸੋਚ ਕੇ ਚੱਲਦਾ ਵਾ ਵੇਖਿਆ ਜਾਵੇ ਤਾਂ ਅਗਰ ਇਹਨੂੰ ਆਪਾਂ ਓਵਰਆਲ ਰਿਜ਼ਲਟ ਕੱਢ ਦਈਏ ਨਾ ਅਤੇ ਇੱਕ ਬੰਦਾ ਜੇ ਮੈਂ ਲੇਬਰ ਵਾਲਾ ਬੰਦਾ ਹੀ ਗਿਣੀ ਆ 10-15 ਹਜ਼ਾਰ ਲੈਂਦਾ ਅਤੇ ਇੱਕ ਬੰਦੇ ਦਾ ਖਰਚਾ ਘੱਟਦਾ ਸਾਰੇ ਸਾਲ ਦਾ ਜਿੰਨਾ ਇਹਦਾ ਝਾੜ ਆ ਜਿੰਨਾ ਇਹਦੀ ਕੁਆਲਿਟੀ ਵਾਈਜ਼ ਬੈਸਟ ਆ ਵੀ ਬੜਾ ਜਿਹੜੇ 10-20 ਗਾਵਾਂ ਵਾਲੇ ਫਾਰਮਰ ਆ ਜਾਂ ਛੋਟੇ ਫਾਰਮਰ ਆ ਉਸ ਚੀਜ਼ ਨੂੰ ਆਪੇ ਤੁਸੀਂ ਮੰਨ ਕੇ ਚੱਲੋ ਜਿਹੜਾ ਬੰਦਾ ਰੱਖ ਹੀ ਨਹੀਂ ਸਕਦਾ ਖੁਦ ਕੰਮ ਕਰਦਾ ਉਸ ਚੀਜ਼ ਦਾ ਬਹੁਤ ਵਧੀਆ ਰਿਜ਼ਲਟ ਹੈ ਮਤਲਬ ਕਹਿਣ ਤੋਂ ਭਾਵ ਵੀ ਤੁਹਾਡੇ ਵੱਲੋਂ ਆਪਾਂ ਮੰਨੀਏ ਤਾਂ ਇਹ ਹਾਂਜੀ ਮੈਂ ਬਿਲਕੁਲ 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 ਜੀ ਨਾਲੇ ਪ੍ਰੈਕਟੀਕਲ ਆ ਪ੍ਰੈਕਟੀਕਲ ਆ ਵੀ ਜਿਹੜੀ ਚੀਜ਼ ਚੱਲ ਰਹੀ ਆ ਹੋਈ ਆ ਵੀ ਇਕੱਲੀ ਇਹ ਨਹੀਂ ਆ ਵੀ ਹੋਊਗੀ ਜਾਂ ਕਿੱਦਾਂ ਹੋਊਗੀ ਇੱਕ ਸਾਲ ਦਾ ਇਹ ਅੱਜ ਆਪਾਂ ਨਿਚੋੜ ਕੱਢਿਆ ਇਸ ਚੀਜ਼ 'ਤੇ ਵੀ ਇੱਕ ਸਾਲ ਇਹਨੂੰ ਮੈਂ ਵਰਤਿਆ ਵਾ 2 ਸਾਈਲੇਜ ਪੈ ਗਏ ਇਹਦੇ ਪਹਿਲਾਂ ਫਰਵਰੀ ਤੋਂ ਲੈ ਕੇ ਅਪ੍ਰੈਲ ਵਾਲਾ ਪੈ ਗਿਆ ਫਿਰ ਉਸ ਤੋਂ ਬਾਅਦ ਦੁਬਾਰਾ ਦੂਸਰੀ ਜਿਹੜਾ ਹੁਣ ਸਾਈਲੇਜ ਚੱਲ ਰਿਹਾ ਇਹਦਾ ਅਤੇ ਓਵਰਆਲ ਗਾਵਾਂ ਦੀ ਤੁਸੀਂ ਹੈਲਥ ਵੀ ਦੇਖ ਰਹੇ ਹਾਂ ਉਸ ਚੀਜ਼ ਦਾ ਬੜਾ ਮਤਲਬ ਕਿ ਨਹੀਂ ਤਾਂ ਗਰਮੀ 'ਚ ਆ ਕੇ ਤੋੜ ਜਾਂਦੀਆਂ ਗਾਵਾਂ ਬੋਡੀ ਸਕੋਰ ਤੋੜ ਜਾਂਦੀਆਂ ਉਸ ਚੀਜ਼ ਦਾ ਬੜਾ ਇਹਦਾ ਵਧੀਆ ਪ੍ਰੋਟੀਨ ਵਗੈਰਾ ਸਾਰਾ ਡਰਾਈ ਮੈਟਰ ਸਾਰਾ ਵੀਰੇ ਮੈਨੂੰ ਜਿਹੜੀ ਮੈਨੂੰ ਅਨੁਭਵ ਲੱਗਦਾ ਕਿ ਇਹਦੇ ਦਾਣੇ ਬਰੀਕ ਆ ਗਿਣਤੀ 'ਚ ਜ਼ਿਆਦਾ ਹਾਂਜੀ ਹੈ ਨਾ ਬਾਈ ਉਹਦੇ ਮੱਕੀ ਦੇ ਦਾਣੇ ਮੋਟੇ ਹੁੰਦੇ ਆ ਉਹ ਗਿਣਤੀ 'ਚ ਘੱਟ ਹੁੰਦੇ ਆ ਵੀ ਉਹ ਕਿੱਲੇ ਤੇ ਕਿੱਲੇ ਦੇ ਫਰਕ ਪੈਂਦਾ ਹੋਊਗਾ 10 ਕਿਲੋ ਵੀ ਪੈਂਦਾ ਜੀ 8 ਤੋਂ ਘੱਟ ਤੋਂ ਘੱਟ 8 ਪੈਂਦਾ ਵੱਧ ਤੋਂ ਵੱਧ 10 ਕਿਲੋ ਵੀ ਪੈਂਦਾ ਤੇ 10 ਕਿਲੋ ਵੀ ਪਾ ਕੇ ਉਹ ਆਪਣਾ ਉਹਦਾ ਬੂਟਾ ਹੁੰਦਾ 30-35 ਹਜ਼ਾਰ ਇਹ 3 ਕਿਲੋ ਵੀ ਪਾ ਕੇ ਤੇ ਇਹਦਾ ਜਿਹੜਾ ਬੂਟੇ ਦੀ ਗਰੋਥ ਜਾਂ ਆਪਾਂ ਕਹਿ ਲਈਏ ਜਿਹੜੀ ਜਰਮੀਨੇਸ਼ਨ ਹੁੰਦੀ ਆ 80-85 ਹਜ਼ਾਰ ਤੱਕ ਚਲੀ ਜਾਂਦੀ ਹੈ ਜੀ ਤੇ ਉਸ ਚੀਜ਼ ਦੇ ਵਿੱਚ ਵੇਖੋ 70-75 ਹਜ਼ਾਰ ਹੀ ਮੰਨ ਲਈਏ 70-75 ਹਜ਼ਾਰ ਘੱਟ ਤੋਂ ਘੱਟ ਮੰਨ ਲਈਏ ਫਿਰ ਵੀ ਦੁੱਗਣਾ ਫਿਰ ਵੀ ਆਪਾਂ ਕਹੀਏ 35-40% ਕਿੱਥੇ ਅੱਗੇ ਚਲਾ ਜਾਂਦਾ ਨਾ ਉਹ ਝਾੜ ਦਾ ਬੜਾ ਫਰਕ ਪੈਂਦਾ ਇਸ ਚੀਜ਼ ਦਾ ਡੂਡੇ ਹੋ ਜਾਂਦੇ ਆ ਡੂੜਾ ਹਾਂ ਡੂੜਾ ਕਹਿ ਸਕਦੇ ਕਿੱਥੇ 35-40 ਹਜ਼ਾਰ ਬੂਟਾ ਕਿੱਥੇ 75-80 ਹਜ਼ਾਰ ਬੂਟਾ ਤਾਂ ਇਸ ਚੀਜ਼ ਦਾ ਇਹਦਾ ਬਹੁਤ ਜ਼ਿਆਦਾ ਫਰਕ ਹੈਗਾ
ਹਰਪ੍ਰੀਤ, ਪਹਿਲਾਂ ਤਾਂ ਸ਼ੁਭ ਛਾਵਾਂ ਸੱਜਣਾ ਤੇਰੇ ਫਾਰਮ ਦੀ ਚੜ੍ਹਦੀ ਕਲਾ ਵੇਖੀਏ, ਆਉਣ ਵਾਲੇ ਸਮੇਂ 'ਚ ਤੈਨੂੰ ਹੋਰ ਤਰੱਕੀ 'ਤੇ ਵੇਖੀਏ, ਕਿਉਂਕਿ ਤੇਰੇ ਵਰਗੇ ਨੌਜਵਾਨ ਚੰਗੀ ਜਾਣਕਾਰੀ ਵਾਲੇ ਜੇ ਇਹ ਕੰਮ ਦੇ ਵਿੱਚ ਆਉਣਗੇ ਤਾਂ ਉਹ ਬਹੁਤ ਚੰਗਾ ਹੋਊਗਾ, ਪੰਜਾਬ ਲਈ ਬਹੁਤ ਚੰਗਾ ਹੋਊਗਾ। ਅਤੇ ਦੂਸਰਾ ਇੱਕ ਮੈਨੂੰ ਇਹ ਚੰਗੀ ਗੱਲ ਲੱਗੀ ਕਿ ਤੁਸੀਂ ਦਿਲ ਖੋਲ੍ਹ ਕੇ ਜਾਣਕਾਰੀ ਦਿੱਤੀ, ਸਮਾਂ ਦਿੱਤਾ, ਉਹਦੇ ਲਈ ਸੱਜਣਾ ਤੇਰਾ ਧੰਨਵਾਦ, ਬਹੁਤ ਬਹੁਤ ਧੰਨਵਾਦ ਤੁਸੀਂ ਆਏ। ਜਾਣਕਾਰੀ ਕਿਹੋ ਜਿਹੀ ਲੱਗੀ ਦੱਸਿਓ ਜ਼ਰੂਰ, ਹੋਰ ਕੋਈ ਸੱਜਣ ਜਿਹੜਾ ਤੁਹਾਡਾ ਸਾਈਲੇਜ ਪਾਉਂਦਾ ਹੋਵੇ ਉਹਨੂੰ ਲਿੰਕ ਆ ਜਿਹੜਾ ਉਹ ਸ਼ੇਅਰ ਕਰ ਦਿਓ, ਲਿੰਕ ਚੱਕ ਕੇ ਕਾਪੀ ਕਰਕੇ। ਅਤੇ ਤੁਸੀਂ ਕੀ ਕਰਨਾ ਕਿ ਤੁਸੀਂ ਵਟਸਐਪ ਕਰ ਦਿਓ ਆਪਣੇ ਸੱਜਣ ਨੂੰ, ਕਿਸੇ ਨੂੰ, ਕਿ ਕਈ ਵਾਰੀ ਤੁਸੀਂ ਨਹੀਂ ਪਾਉਂਦੇ ਹੁੰਦੇ ਤਾਂ ਆਪਣਾ ਕੋਈ ਸੱਜਣ ਪਾਉਂਦਾ ਹੁੰਦਾ ਅਤੇ ਉਹਦੇ ਕੰਮ ਦਾ ਹੁੰਦਾ, ਉਹਨੂੰ ਟੈਗ ਕਰ ਦਿਓ, ਉਹਨੂੰ ਮਤਲਬ ਉਹਨੂੰ ਕਮੈਂਟ ਦੇ ਵਿੱਚ ਟੈਗ ਕਰਕੇ ਲਿਆਇਓ, ਚਾਹੇ ਉਹਨੂੰ ਵਟਸਐਪ ਕਰ ਦਿਓ ਲਿੰਕ, ਇਹ ਉਹਦੇ ਕੰਮ ਆਜੂਗੀ ਜਾਣਕਾਰੀ। ਅਤੇ ਦੂਸਰਾ, ਅਤੇ ਸ਼ੇਅਰ ਕਰ ਦਿਓਗੇ ਤਾਂ ਹੋ ਸਕਦਾ ਤੁਹਾਡੀ ਫੇਸਬੁੱਕ ਪ੍ਰੋਫਾਈਲ ਦੇ ਵਿੱਚ ਜਾਂ ਵਟਸਐਪ ਦੇ ਕਿਸੇ ਗਰੁੱਪ ਦੇ ਵਿੱਚ ਸੱਜਣ ਬੈਠਾ ਹੋਵੇ ਜਿਹਦੇ ਜਾਣਕਾਰੀ ਕੰਮ ਆਵੇ। ਇਸ ਕਰਕੇ ਜਿੰਨੇ ਵੀ ਸੱਜਣਾਂ ਨੇ ਇੰਨਾ ਸਮਾਂ ਦਿੱਤਾ, 25-26 ਮਿੰਟ ਹੋ ਗਏ ਸਾਨੂੰ ਗੱਲਬਾਤ ਕਰਦਿਆਂ ਨੂੰ, ਜਿਹੜਾ ਵੀ ਐਂਡ ਤੱਕ ਦੇਖ ਰਿਹਾ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਜਿਉਂਦੇ ਵਸਦੇ ਰਹੋ।